पंथ सुन गुर संगत तिह मिलंत जम एक पाठ की गुर रामदासकह टल गुर सेविया अहनस सहज ਦਰਸ਼ਨ ਪਰਸੈ ਗੁਰੂ ਕਾ ਜਨਮ ਹੋਵ ਸਿਫਤ ਖਸਮ ਦੀ ਲੋਰੇ ਅਰ ਸਹ ਕੋਰ ਸਹ ਛਟੀ ਐ ਠਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣਾ ਸੱਚਾ ਪਾਤਸ਼ਾਹ ਸਰਸਾ ਹਾਦਸ਼ਾ ਜਸਪਾਸ ਬਹਿਠਿਆ ਸੋਹੀਏ ਸਬਨਾਤਾ ਵੇਸਾ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟ ਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨਹ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਥ ਸਭ ਜਗ ਜਿਨਹ ਉਪਾਇਆ ਪਾਈ ਕਰਨ ਕਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਥ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਐ ਪਾਈ ਜਿਸ ਤੇ ਜਪ ਤਤ ਮੇਰੇ ਮਨ ਜਪਿਐ ਹਰਿ ਭਗਵੰਤਾ ਨਾਮ ਧਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾ ਜਾ ਕਾ ਘਰ ਸਭ ਕਿਛ ਹੈ ਪਾਈ ਨੌ ਨਿਦ ਪਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਪਾਈ ਊਚਾ ਅਗਮ ਅਪਾਰ ਜੀਵ ਜੰਤ ਪ੍ਰਤ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਪੇਟੀਐ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀ ਹੈ ਪਾਈ ਭ੍ਰਮ ਭਉ ਹੋਵੇ ਨਾਸੁ ਮਿਲ ਸੰਤ ਸਭਾ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਤੂਰ ਕਟ ਕਟ ਬ੍ਰਹਮ ਪ੍ਰਸਾਰਿਆ ਪਾਈ ਪਿਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਣ ਸਮਰਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਪਾਵੈ ਤਾ ਮੀਲ ਲਈ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਪਾਈ ਰਿਦੈ ਹੋਵੈ ਪਰਗਾਸ ਪ੍ਰਗਟ ਪਿਆ ਪ੍ਰਤਾਪ ਪ੍ਰਭ ਪਾਈ ਮੌਲਿਆ ਤਰਤ ਅਕਾਸ ਗੁਰਪੂਰੈ ਸੰਤੁਖਿਆ ਪਾਈ ਐ ਨਿਸ ਲਾਗਾ ਪਾਉ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸੁਆਉ ਕਰਨੀ ਸੁਣ ਸੁਣ ਜੀਵ ਆ ਪਾਈ ਨਿਹਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵਈ ਭਾਈ ਸੋ ਜਿੜਾ ਜਲ ਜਾਉ ਬਹੁ ਗੁਣ ਮੀਰੀ ਸਾਹਿਬੈ ਪਾਈ ਹਉ ਤਿਸ ਕੈ ਬਲ ਜਾਉ ਓ ਨਿਰਗੁਣਿਆਰੇ ਪਾਲਦਾ ਪਾਈ ਦੇ ਨਿਥਾਵੇਂ ਥਾਉ ਰਿਜਕ ਸੰਭਾਹੀ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਪੇਟੀਐ ਪਾਈ ਪੂਰਾ ਤਿਸ ਕਰਮਾ ਤਿਸ ਬਿਨ ਕੜੀ ਨਾ ਜੀਵੀਐ ਪਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਪਾਈ ਪੀਖਉ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਾ ਪਰਪੂਰ ਜਿਨਾ ਪ੍ਰੀਤ ਨਾ ਲੱਗੀਆ ਭਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਪਾਈ ਭਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਬਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਗਿਲ ਬਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਸਨਮਾਨ ਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਦੇਨ ਦੁਨੀਆਂ ਦੇ ਮਾਲਕ ਧਰਮ ਰક્ષਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਜੋਗੋ ਜੋਗਾ ਟੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਗੁਰਦੇਵ ਦੇ ਦਰਸ਼ਨ ਪਰਸ ਰਹੇ ਹੋ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਬਦ ਕੀਰਤਨ ਬਹੁਤ ਹੀ ادب ਸਤਿਕਾਰ ਸਹਿਤ ਗੁਰੂ ਪਾਤਸ਼ਾਹ ਦੇ ਹਜ਼ੂਰੀ ਕੀਰਤਨੀਆਂ ਸਿੰਘਾਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਅਮਰਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਰਾਗ ਸੋਰਠ ਚੋਂ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਗੁਰਦੇਵ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ। ਸਤਗੁਰਾਂ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਓਏ। ਇਕਾਗਰਤਾ ਬਣਾਉਣ ਨਮਿੱਤ ਸੰਭੂ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸੋਰਠ ਹੈ ਔਰ ਪੰਜਵੇਂ ਪਾਤਸ਼ਾਹ ਧੰਗ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਅੰਮ੍ਰਿਤ ਵਚਨ ਹਨ ਪਹਿਲੇ ਘਰ ਸੁਰਤਾਲ ਵਿੱਚ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ ਔਰ ਅਸ਼ਟਪਦੀਆਂ ਹਨ ਮੰਗਲਾਚਰਨ ਕੀਤਾ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਪਾਰਬ੍ਰਮ ਪਰਮੇਸ਼ਰ ਦਾ ਕਿਉ ਇੱਕ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕੁਰ ਸਰਬ ਦਾ ਪ੍ਰਕਾਸ਼ਕ ਹੈ ਸਤ ਗੁਰ ਪ੍ਰਸਾਦ ਸਤ ਦੇ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤੇ ਸੰਦਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਇਹ ਮੰਗਲਾ ਚਰਣ ਕਰਕੇ ਮਹਾਰਾਜ ਦੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ ਸਭ ਜਗ ਜਿਨਹ ਉਪਾਇਆ ਭਾਈ ਕਰਨ ਕਾਰਣ ਸਮਰਥ ਇਹ ਸਾਰਾ ਜਗਤ ਜਿਸ ਨਿਰੰਕਾਰ ਕਾਲ ਪ੍ਰਖਵਾਹ ਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਉਪਾਇਆ ਪੈਦਾ ਕੀਤਾ ਹੈ हे ਭਾਈ ਉਹੀ ਕਰਨ ਵਾਲਾ ਤੇ ਉਹੀ ਕਾਰਣ ਹੈ ਔਰ ਸਮਰਥ ਹੈ ਇਹ ਸਾਰਾ ਜਗਤ ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਪਾਇਆ ਹੈ ਪੈਦਾ ਕੀਤਾ ਹੈ ਸ੍ਰਿਸ਼ਟੀ ਦੀ ਰਚਨਾ ਗੁਰਬਾਣੀ ਪਰਮੇਸ਼ਰ ਤੋਂ ਮੰਨਦੀ ਹੈ ਕਿ ਸੰਸਾਰ ਦੀ ਉਤਪਤੀ ਇਹ ਸਾਰਾ ਜਗਤ ਵਾਹਿਗੁਰੂ ਪਰਮੇਸ਼ਰ ਨੇ ਉਪਾਇਆ ਪੈਦਾ ਕੀਤਾ ਉਹਦੀ ਉਹ ਸ਼ਕਤੀ ਅਕਾਲ ਪੁਰਖ ਪਰਮੇਸ਼ਰ ਦੀ ਅੱਗੇ ਕਿਨਾਂ-ਕਿਨਾਂ ਰੂਪਾਂ ਵਿੱਚ ਕਿਵੇਂ-ਕਿਵੇਂ ਵਰਤਦੀ ਹੈ ਉਹ ਵਰਤਾਰਾ ਵੀ ਸੰਸਾਰ 'ਚ ਦੱਸਿਆ ਜਾਂਦਾ ਹੈ ਪਰ ਗੁਰਮਤ ਸਿੱਧਾ ਉਸ ਸ਼ਕਤੀ ਨਾਲ ਜੋੜਦੀ ਹੈ ਜਿਹੜੀ ਸ਼ਕਤੀ ਸਾਰੀ ਸ੍ਰਿਸ਼ਟੀ ਦੇ ਉਤਪਤੀ ਕਰ ਰਹੀ ਹੈ ਉਹ ਅਕਾਲ ਪੁਰਖ ਦੀ ਸ਼ਕਤੀ ਹੈ ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਜਿਸ ਜਗਤ ਨੂੰ ਉਪਾਇਆ ਪੈਦਾ ਕੀਤਾ ਹੈ ਸ਼ਿਵ ਨੇ ਜਦੋਂ ਸ਼ਕਤੀ ਰੂਪ ਹੋਣਾ ਕੀਤਾ ਸ਼ਿਵ ਨਾਮ ਕਲਿਆਣਕਾਰੀ ਅਕਾਲ ਪੁਰਖ ਪਰਮੇਸ਼ਰ ਦਾ ਹੈ ਜਿਸ ਵੇਲੇ ਉਹਨੇ ਸ਼ਕਤੀ ਰੂਪ ਹੋਣਾ ਕੀਤਾ ਤੇ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਸ਼ਿਵ ਸਖਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਉਹ ਰੋ ਕਰਨ ਵਾਲਾ ਵੀ ਹੈ ਔਰ ਕਾਰਨ ਰੂਪ ਵੀ ਹੈ ਜਦੋਂ ਸਮਰੱਥ ਸ਼ਬਦ ਕਿਹਾ ਜਾਂਦਾ ਹੈ ਪ੍ਰਮਾਤਮਾ ਵਾਸਤੀ ਇਹ ਸ਼ਬਦ ਰਾਖਵਾ ਹੈ ਸਮਰੱਥ ਸ਼ਬਦ ਕਿਸੇ ਵੀ ਸੰਸਾਰ ਦੇ ਮਨੁੱਖ ਲਈ ਕਿਸੇ ਵੀ ਪ੍ਰਾਣੀ ਲਈ ਨਹੀਂ ਵਰਤਿਆ ਜਾ ਸਕਦਾ ਭਾਵੇਂ ਕਿਸੇ ਕਹਿ ਦਿੰਨੇ ਆ ਕਿ ਬੰਦਾ ਇਸ ਕੰਮ 'ਚ ਸਮਰੱਥ ਹੈ ਪਰ ਜਿਹੜਾ ਬੰਦਾ ਜਿਸ ਕੰਮ 'ਚ ਸਮਰੱਥ ਹੋਵੇ ਕਈ ਵਾਰ ਉਹੀ ਬੰਦੇ ਉਸ ਕੰਮ ਦੇ ਵਿੱਚ ਅਸਮਰੱਥ ਵੀ ਪ੍ਰਤੀਤ ਹੁੰਦੇ ਹੈ ਉਹ ਕਹਿੰਦੇ ਮੈਂ ਇਹ ਕੰਮ ਕਰ ਸਕਦਾ ਹਾਂ ਪਰ ਹਾਲਾਤ ਨਹੀਂ ਕਰ ਨਹੀਂ ਸਕਦਾ ਇਸ ਕਰਕੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਹੀ ਸਮਰੱਥ ਹੈ ਉਹਦੇ ਵਾਸਤੇ ਕੁਝ ਵੀ ਅਸੰਭਵ ਨਹੀਂ ਉਹ ਕੁਝ ਵੀ ਕਰ ਸਕਦਾ ਹੈ ਪਰ ਸਥਿਤੀਆਂ ਜਿਹੋ ਜੀਆਂ ਮਰਜ਼ੀ ਚਾਹੇ ਬਣਾ ਸਕਦਾ ਹੈ ਤੋ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ ਸਮਰੱਥ ਹਨ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਜਿਓ ਜੀਵਨ ਸੱਤਾ ਜੀਵਨ ਰੌ ਪਿੰਡ ਦਾ ਮਤਲਬ ਆ ਜਿਹੜਾ ਸਾਡਾ ਸਰੀਰ ਹੈ ਇਸ ਪਿੰਡ ਨੂੰ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਜਿਆ ਬਣਾਇਆ ਇਹ ਦੇ ਵਿੱਚ ਵਾਹਿਗੁਰੂ ਨੇ ਵਿਦਾਤੇ ਨੇ ਆਪਣੀ ਜੀਵਨ ਸੱਤਾ ਪਾਈ ਹੈ ਜੀਵਨ ਰੌ ਪਾਈ ਹੈ ਹੇ ਭਾਈ ਫਿਰ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਵਸਤੂ ਰੱਖੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿੰਡ ਸਾਜ ਕੇ ਫਿਰ ਇਹਦੇ ਵਿੱਚ ਜਿਹੜੀ ਜੀਵਨ ਰੌ ਚਲਾਈ ਹੈ ਯਾਨੀ ਕਿ ਪ੍ਰਾਣਾ ਦੀ ਚੇਤਨਤਾ ਚੱਲ ਰਹੀ ਪ੍ਰਾਣ ਚੱਲ ਰਹੇ ਨੇ ਸਵਾਸ ਚੱਲ ਰਹੇ ਨੇ ਉਥੇ ਇਸ ਕਾਇਆ ਰੂਪੀ ਪਿੰਡੇ ਦੇ ਵਿੱਚ ਪਰਮੇਸ਼ਰ ਨੇ ਆਪਣੀ ਵਸਤੂ ਰੱਖੀ ਹੋਈ ਹੈ ਇਹਦੇ ਵਿੱਚ ਜਿਹੜੀ ਪਰਮਾਤਮਾ ਦੀ ਵਸਤੂ ਹੈ ਉਹ ਹੈ ਪਰਮਾਤਮਾ ਦੀ ਆਤਮਾ ਜਿਸ ਨੂੰ ਆਪਾਂ ਚੇਤਨ ਸੱਤਾ ਕਹਿੰਦੇ ਆ ਆਪਣੀ ਉਹ ਵਸਤੂ ਨੂੰ ਵਾਪਸ ਲੈ ਲਵੇ ਤਾਂ ਇਹ ਸਰੀਰ ਢੇਰੀ ਹੈ ਖਾਕ ਦੀ ਢੇਰੀ ਹੈ ਉਹ ਰਾਇਗੁਰੂ ਪਰਮੇਸ਼ਰ ਨੇ ਇਹ ਦੇ ਵਿੱਚ ਆਪਣੀ ਉਹ ਵਸਤ ਆਤਮ ਸਵਰੂਪ ਇਸ ਕਾਇਆ ਰੂਪੀ ਪਿੰਡੇ ਵਿੱਚ ਰੱਖੀ ਹੈ ਕਿੰ ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਕਿਸ ਨੂੰ ਕਈਏ ਤੇ ਕਿਉਂ ਦੇਖੀਏ ਕਿਵੇਂ ਦੇਖੀਏ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕੋ ਹੈ ਔਰ ਅਕਥ ਹੈ ਕਈਏ ਤਾਂ ਕਿਸੇ ਨੂੰ ਤਾਂ ਜੇ ਉਹਦੇ ਤੋਂ ਬਿਨਾ ਕੋਈ ਦੂਜਾ ਹੈ ਉਹ ਔਰ ਅਕਥ ਹੈ ਸੰਪੂਰਨ ਰੂਪ ਵਿੱਚ ਕਥਨ ਚ ਨਹੀਂ ਆਉਂਦਾ ਉਹ ਕਥਨ ਕਹਿਣ ਤੋਂ ਪਰੇ ਹੈ ਗੁਰੂ गोविंद ਸਲਾਹੀਐ ਪਾਈ ਜਿਸ ਤੇ Jap ਤਤ ਗੁਰੂ गोविंद ਜੈ ਇਸ ਤਰ੍ਹਾਂ ਕਹਿ ਲਿਏ ਕਿ गोविंद ਹੀ ਗੁਰੂ ਰੂਪ ਹੈ ਔਰ ਗੁਰੂ ਹੀ गोविंद ਰੂਪ ਹੈ ਤੇਨਾਂ ਦੀ ਸੰਗਤ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੀਏ ਜਾ ਗੁਰੂ ਦੀ ਸ਼ਰਨ ਚ ਪੈ ਕੇ ਗੋਬਿੰਦ ਨੂੰ ਸਲਾਹੀਏ ਜਿਸ ਨੂੰ ਸਲਾਉਂਦਿਆਂ ਇਹ ਬਰਕਤ ਪ੍ਰਾਪਤ ਹੋਵੇਗੀ ਕਿ ਤੁਹਾਨੂੰ ਆਪਣੇ ਤੱਥ ਦੀ ਜਾਣਕਾਰੀ ਪ੍ਰਾਪਤ ਹੋਵੇਗੀ ਜਿਸ ਤੇ ਜਾਪੈ ਤੱਥ ਤੱਥ ਦਾ ਮਤਲਬ ਆਤਮ ਸਰੂਪ ਤਤਵ ਸਰੂਪ ਉਹਦਾ ਬੋਧ ਉਹਦਾ ਗਿਆਨ ਪਰਮੇਸ਼ਰ ਦੀ ਸਲਾਘਾ ਕੀਤਿਆਂ ਨਿਰੰਕਾਰ ਨੂੰ ਸਲਾਉਂਦਿਆਂ ਪ੍ਰਾਪਤ ਹੋਣਾ। ਹਾਂਜੀ। ਮੇਰੇ ਮਨ ਜਪਿਐ ਹਰਿ ਭਗਵੰਤਾ। ਏ ਮੇਰੇ ਆ ਮਨਾ। ਉਸ ਭਗਵੰਤ ਨੂੰ ਅਕਾਲ ਪੁਰਖ ਪਰਮੇਸ਼ਰ ਨੂੰ ਜਪ। ਜਿਹੜਾ ਮਾਇਆ ਪਤੀ ਹੈ ਔਰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸੁਆਮੀ ਹੈ। ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਜਾਪ ਨੂੰ हे ਮੇਰੇ ਮਨ ਜਪਣਾ ਕਰ ਨਾਮ ਦਾਣ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਵਾਹਿਗੁਰੂ ਜੀ ਆਪਣੇ ਆ ਜਨਾਂ ਨੂੰ ਆਪਣੇ ਸੇਵਕਾਂ ਨੂੰ ਨਾਮ ਦਾ ਦਾਨ ਦੇਣ ਵਾਲੇ ਹਨ ਔਰ ਜਿਸ ਵਕਤ ਆਪਣੇ ਸੇਵਕਾਂ ਨੂੰ ਨਾਮ ਦਾ দান ਬਖਸ਼ਦੇ ਨੇ ਉਸ ਨਾਮ ਦੀ ਬਰਕਤ ਸਦਕਾ ਤਿਨਾਂ ਦੇ ਦੁੱਖਾਂ ਤੇ ਦਰਦਾਂ ਦਾ ਨਾਸ਼ ਹੋ ਜਾਂਦਾ ਹੈ ਕਿਉਂਕਿ ਹਰੀ ਦਾ ਨਾਮ ਦੁੱਖ ਦਰਦ ਦਾ ਹੰਤਾ ਹੈ ਨਾਸ਼ ਕਰਨ ਵਾਲਾ ਹੈ ਰਹਾਉ ਜਾ ਕੈ ਕਰ ਸਭ ਕਿਛ ਹੈ ਭਾਈ ਨਉ ਨਿਧ ਭਰੇ ਪੰਡਾਰ ਏ ਮੇਰੇ ਵੀਰ ਸੁਣ ਜਿਸ ਦੇ ਘਰ ਵਿੱਚ ਸਭ ਕੁਝ ਹੈ ਸਭ ਕੁਝ ਔਰ ਨੌ ਨਦੀਆਂ ਦੇ ਭੰਡਾਰ ਜਿਸ ਦੇ ਭਰੇ ਪਏ ਨੇ ਕਮੀ ਨਹੀਂ ਹੈ ਕੋਈ ਮੇਰੇ ਸਹਬ ਦੇ ਘਰ ਵਿੱਚ ਸਭ ਕੁਝ ਹੈ ਕਿਸੇ ਵੱਸ ਦੀ ਕੋਈ ਕਮੀ ਨਹੀਂ ਹੈ ਪਾਤਰਕੁ ਪਾਤਰਤਾ ਅਸੀਂ ਵੇਖਣਾ ਕਿ ਅਸੀਂ ਹਾਂ ਕਿ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਵਿੱਚ ਸਾਰੀਆਂ ਨਿਆਮਤਾ ਹਨ ਨੌ ਨਦੀਆਂ ਦੇ ਖਜ਼ਾਨੇ ਮਹਾਰਾਜ ਜੀ ਦੇ ਭਰੇ ਪਏ ਹਨ ਇਸ ਕੀ ਕੀਮਤ ਨਾ ਪਵੈ ਭਾਈ ਉੱਚਾ ਅਗਮ ਅਪਾਰ ਇਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨਹੀਂ ਪੈਂਦੀ ਭਾਈ ਉੱਚਾ ਹੈ ਉੱਚਾ ਅਗਮ ਅਪਹੁੰਚ ਹੈ ਅਪਾਰ ਪਾਰਾਵਾਰ ਤੋਂ ਰਹਿਤ ਹੈ ਹਾਂਜੀ ਜੀ ਜੰਤ ਪ੍ਰਤ ਪਾਲਦਾ ਪਾਈ ਨਿਤ ਨਿਤ ਕਰਦਾ ਸਾਰ ਜਿਤਨੇ ਸੰਸਾਰ ਦੇ ਜੀ ਜੰਤ ਹਨ ਸਭ ਦੀ ਪਾਲਣਾ ਪ੍ਰਤੀਏਕ ਦੀ ਪਾਲਣਾ ਵਾਹਿਗੁਰੂ ਜੀ ਕਰਦੇ ਹਨ ਔਰ ਨਿਤ ਸਾਰਿਆਂ ਦੀ ਸਾਰ ਲੈਂਦੇ ਨੇ ਨਿਤ ਜਦੋਂ ਨਿਤ ਸ਼ਬਦ ਵਰਤਿਆ ਜਾਂਦਾ ਤੋ ਨਿਤ ਦਾ ਮਤਲਬ ਹੁੰਦਾ ਹਰ ਪਲ ਹਰ ਘੜੀ ਨਿਤ ਦਾ ਮਤਲਬ ਇਹ ਨਹੀਂ ਵੀ ਕਿ ਸਵੇਰੇ ਇੱਕ ਵਾਰੀ ਪੁੱਛ ਲਿਆ ਵੇਖ ਲਿਆ ਹਾਲ ਚਾਲ ਨਿਤ ਦਾ ਮਤਲਬ ਹੈ ਕਿ ਹਰ ਵਕਤ ਹਰ ਵੇਲੇ ਨਿਰੰਕਾਰ ਕਾਲਪੁਰਖ ਪਰਮੇਸ਼ਰ ਜਿਸ ਜੀਵ ਦੀ ਸਾਰ ਲੈਂਦੇ ਹਨ ਹਾਂਜੀ ਸਤਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ اے ਭਾਈ ਜਦੋਂ ਪੂਰੇ ਸਤਗੁਰਾਂ ਨੂੰ ਮਿਲੀਏ ਸਤਗੁਰਾਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਸਤਗੁਰੂ ਜੀ ਆਪਣੇ ਸ਼ਬਦ ਦੁਆਰਾ ਆਪਣੇ ਉਪਦੇਸ਼ ਦੁਆਰਾ ਇਸ ਜੀਵ ਨੂੰ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਮਿਲਾਮਦੇ ਹਨ ਨਰੰਕਾਰ ਆਕਾਲ ਪੁਰਖ ਪਰਮੇਸ਼ਰ ਵਿੱਚ ਅਪੇਧ ਕਰਦੇ ਹਨ ਸੱਚੇ ਚਰਨ ਸ੍ਰੀ ਵਿਹੈ ਭਾਈ ਬ੍ਰह्म ਭਉ ਹੋਵੈ ਨਾਸ ਇਹ ਭਾਈ ਉਸ ਸੱਚੇ ਆਕਾਲ ਪੁਰਖ ਪਰਮੇਸ਼ਰ ਦੇ ਚਰਨ ਸ੍ਰੇਵੀਏ ਉਸ ਦੇ ਚਰਣਾ ਦੀ ਆਰਾਧਨਾ ਕਰੀਏ ਜਿਸ ਦੇ ਚਰਣਾ ਨੂੰ ਆਰਾਧ ਦੇਾਂ ਜਿਸ ਦੇ ਚਰਣਾ ਦੀ ਸ਼ਰਨ ਚ ਪੈ ਕੇ ਜਿਤਨੇ ਭਰਮ ਨੇ ਜਿਤਨੇ ਡਰ ਨੇ ਤਿੰਨਾ ਦਾ ਨਾਸ ਹੋ ਜਾਂਦਾ ਹੈ। ਮਹਾਂਪੁਰਸ਼ ਵਿਦਵਾਨ ਪੰਜ ਪ੍ਰਕਾਰ ਦਾ ਭਰਮ ਦੱਸਦੇ ਹਨ। ਕਿ ਪਰਮ ਰੱਸੀ ਵਿੱਚ ਜਿਵੇਂ ਸੱਪ ਦਿਸਦਾ ਹੈ ਵੀ ਇੱਕ ਭਰਮ ਹੈ। ਪਰ ਜਿਵੇਂ ਕੋਈ ਸਫਟਕ ਦੀ ਮਣੀ ਕਿਸੇ ਰੰਗ ਤੇ ਪਈ ਹੋਵੇ ਤਾਂ ਉਹ ਰੰਗ ਉਸ ਸਫਟਕ ਦੀ ਮਣੀ ਵਿੱਚ ਵੀ ਦਿਸਦਾ ਤੇ ਜਾਪਦਾ ਵੀ ਇਹ ਮਣੀ ਲਾਲ ਰੰਗ ਦੀ ਹੈ। ਕਾਲੇ ਰੰਗ ਤੇ ਪਈ ਹੋਵੇ ਕਾਲੇ ਰੰਗ ਦੀ ਹੈ ਪਰ ਹੈ ਉਹ ਵੀ ਪਰਮ ਆਕਾਸ਼ ਵਿੱਚ ਤੱਕਦੇ ਹਾਂ ਹਾਲਾਂਕਿ ਆਕਾਸ਼ ਦਾ ਕੋਈ ਰੰਗ ਨਹੀਂ ਹੈ ਪਰ ਆਕਾਸ਼ ਵੱਲ ਤੱਕਦੇ ਆਕਾਸ਼ ਨੀਲੇ ਰੰਗ ਦਾ ਪ੍ਰਤੀਤ ਹੁੰਦਾ ਪਰ ਇਹ ਨੀਲਾ ਹੈ ਨਹੀਂ ਇਹ ਵੀ ਇੱਕ ਭਰਮ ਹੈ ਖਾਲੀ ਜਗ੍ਹਾ ਦਾ ਪੁਲਾੜ ਦਾ ਕੀ ਰੰਗ ਹੋ ਸਕਦਾ ਤੋ ਇਸ ਪ੍ਰਕਾਰ ਭਰਮ ਦੇ ਵੱਖੋ-ਵੱਖਰੇ ਸਰੂਪ ਨੇ ਉਹਨਾਂ ਦੀ ਨਿਰਵਿਰਤੀ ਦੇ ਵੱਖੋ-ਵੱਖਰੇ ਪ੍ਰਕਾਰ ਨੇ ਜਦੋਂ ਸਤਗੁਰਾਂ ਦੇ ਚਰਨਾਂ ਨੂੰ ਸਰੇਬੀਏ ਜਦੋਂ ਸਤਗੁਰਾਂ ਦੇ ਚਰਨਾਂ ਦੀ ਸ਼ਰਣ ਨੂੰ ਕਬੂਲ ਕਰੀਏ ਗ੍ਰਹਿਣ ਕਰੀਏ ਤਾਂ ਸਾਰੇ ਭਰਮ ਵੀ ਨਸ ਜਾਂਦੇ ਨੇ ਤੇ ਭਰਮ ਤੋਂ ਹੀ ਡਰ ਪੈਦਾ ਹੁੰਦਾ ਜਦੋਂ ਭਰਮ ਹੋਵੇ ਉਦੋਂ ਹਿਰਦਾ ਭੌਗ ਰਸਿਆ ਹੁੰਦਾ ਤੋ ਜਿਸ ਵਕਤ ਭਰਮ ਬੀਜ ਹੀ ਨਾਸ਼ ਹੋ ਗਿਆ ਤੇ ਫਿਰ ਉਹਦੇ ਤੋਂ ਪੈਦਾ ਹੋਣ ਵਾਲਾ ਜਿਹੜਾ ਡਰ ਸੀ ਉਹ ਵੀ ਸਮਾਪਤ ਹੋ ਗਿਆ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਹਰ ਕੈ ਨਾਮ ਨਿਵਾਸ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਹੇ ਭਾਈ ਹੇ ਵੀਰ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਇਸ ਮਨ ਨੂੰ ਮਾਂਜੀਏ ਇਹਨੂੰ ਸ਼ੁੱਧ ਕਰੀਏ ਸਤ ਸੰਗਤ ਵਿੱਚ ਮਿਲ ਕੇ ਕੱਤਰ ਹੋ ਕੇ ਮਨ ਸ਼ੁੱਧ ਕਰੀਏ ਸਤ ਸੰਗਤ ਵਿੱਚ ਆਏ ਬਿਨਾਂ ਇਸ ਮਨ ਦੀ ਸ਼ੁੱਧੀ ਨਹੀਂ ਹੁੰਦੀ ਜਿਵੇਂ ਜਿਵੇਂ ਸਤ ਸੰਗਤ ਵਿੱਚ ਬੈਠ ਕੇ ਅਸੀਂ ਆਪਣਾ ਸਮਾਂ ਬਤੀਤ ਕਰਦੇ ਹਾਂ ਕਥਾ ਸੁਣਦੇ ਹਾਂ ਕੀਰਤਨ ਸੁਣਦੇ ਹਾਂ ਉਹਨਾਂ ਆਪਣਾ ਗੁਰ ਸ਼ਬਦ ਦਾ ਅਭਿਆਸ ਕਰਦੇ ਹਾਂ ਤਿਵੇਂ ਤਿਵੇਂ ਅੰਤਿਸ਼ ਕਰਨ ਦੀ ਸ਼ੁੱਧੀ ਹੁੰਦੀ ਹੈ ਇਸ ਕਰਕੇ ਗੁਰਦੇਵ ਸਾਨੂੰ ਹੁਕਮ ਕਰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਿ हे ਭਾਈ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਇਸ ਮਨ ਨੂੰ ਮਾਂਜੋ ਸ਼ੁੱਧ ਕਰੋ ਜਦੋਂ ਇਹ ਮਨ ਸ਼ੁੱਧ ਹੋਵੇਗਾ ਤਾਂ ਫਿਰ ਇਹਦੇ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਨਵਾਸ ਹੋਵੇਗਾ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਕਾਸ਼ ਹਿਰਦੇ ਵਿੱਚੋਂ ਅੰਧਕਾਰ ਤੇ ਅਗਿਆਨਤਾ ਦਾ ਹਨੇਰਾ ਮਿਟ ਜਾਵੇਗਾ ਔਰ हे ਭਾਈ ਤੇਰੇ ਹਿਰਦੇ ਵਿੱਚ ਕਮਲ ਦਾ ਪ੍ਰਕਾਸ਼ ਹੋ ਜਾਏਗਾ ਹਿਰਦਾ ਕਮਲ ਖੇੜੇ ਵਿੱਚ ਆ ਜਾਏਗਾ ਇਹ ਮੂਧਾ ਪਿਆ ਹੋਇਆ ਪਰ ਜਿਸ ਵਕਤ ਤੇਰੇ ਹਿਰਦੇ ਵਿੱਚ ਗੁਰ ਸ਼ਬਦ ਦੀ ਕਲਾ ਵਰਤੇਗੀ ਤਾਂ ਇਹ ਹਿਰਦਾ ਕਮਲ ਸਿੱਧਾ ਹੋ ਜਾਵੇਗਾ ਇਹਦਾ ਪ੍ਰਕਾਸ਼ ਹੋ ਜਾਵੇਗਾ ਗੁਰ ਬਚਨੀ ਸੁਖ ਊਪਜੈ ਭਾਈ ਸਭ ਫਲ ਸਤ ਗੁਰ ਪਾਸ ਹੈ ਵੀਰ ਗੁਰੂ ਦੇ ਬਚਨਾਂ ਨਾਲ ਸੁਖ ਉਪਜਦਾ ਜਦੋਂ ਤੂੰ ਗੁਰੂ ਕੇ ਬਚਨ ਸੁਣੇਗਾ ਮੰਨੇਗਾ ਕਮਾਵੇਗਾ ਤੇਰੇ ਅੰਦਰ ਸੁਖ ਉਪਜੇਗਾ ਸਤਿਗੁਰੂ ਜੀ ਦੇ ਬਚਨ ਸੁਖ ਵਰਤੌਂਦੇ ਹਨ ਆਖੋ ਸਤਨਹਾਮ ਸ੍ਰੀ ਵਾਹਿਗੁਰੂ ਗੁਰੂ ਕੇ ਬਚਨ ਸੁਖ ਵਰਤੌਂਦੇ ਹਨ ਗੁਰੂ ਕੇ ਬਚਨਾਂ ਨਾਲ ਸੁਖ ਵਰਤਦਾ ਹੈ ਬਚਨ ਕਰਦੇ ਤੇ ਸੁਖੀ ਹੋ ਜਾਂਦੇ ਆ ਜੀ ਬਚਨ ਕੀਤਾ ਸ੍ਰੀ ਗੋਇੰਦਵਾਲ ਸਾਹਿਬ ਹੈ ਧਰਮਰਾਜਾ ਜਦੋਂ ਤੱਕ ਅਸੀਂ ਇੱਥੇ ਵੱਸਦੇ ਆ ਤੇਰੇ ਦੂਤ ਇਸ ਨਗਰ ਚ ਨਹੀਂ ਆਉਣੇ ਚਾਹੀਦੇ ਸਾਰਾ ਨਗਰ ਗੁਰੂ ਪਾਤਸ਼ਾਹ ਦੇ ਬਚਨਾਂ ਨਾਲ ਗੋਇੰਦਵਾਲ ਸਾਹਿਬ ਸੁਖ ਨਾਲ ਵਸਣਾ ਸਤਗੁਰੂ ਜੀ ਦੇ ਬਚਨ ਆਤਮਿਕ ਸੁਖ ਪੈਦਾ ਕਰਦੇ ਹਨ ਹਿਰਦੇ ਦਾ ਸੁਖ ਪੈਦਾ ਕਰਦੇ ਹਨ ਉਰੇ ਜਾਣ ਲਓ ਕਿ ਦੁਨੀਆਂ ਦੇ ਜਿਤਨੇ ਵੀ ਫਲ ਨੇ ਉਹ ਸਤਪੁਰਾਂ ਦੇ ਕੋਲ ਨੇ ਜਿੱਤੜੇ ਫਲ ਮਨ ਬਾਂਚੀਐ ਤਿੱਤੜੇ ਸਤਗੁਰ ਪਾਸ ਜਿੰਨੇ ਵੀ ਫਲਾਂ ਦੀ ਕਾਂਖਾ ਤੂੰ ਆਪਣੇ ਹਿਰਦੇ ਚ ਰੱਖਦਾ ਉਹ ਸਾਰੇ ਫਲ ਸਤਗੁਰਾਂ ਦੇ ਕੋਲ ਹਨ ਐਸਾ ਕੋਈ ਫਲ ਨਹੀਂ ਐਸਾ ਕੋਈ ਸੁਖ ਨਹੀਂ ਜੋ ਗੁਰੂ ਪਾਤਸ਼ਾਹ ਦੇ ਕੋਲ ਨਾ ਹੋਵੇ ਮੇਰਾ ਤੇਰਾ ਛੋਡੀ ਐ ਭਾਈ ਹੋਈ ਐ ਸਭ ਕੀ ਧੂਰ ਏ ਮੇਰੇ ਭਾਈ ਮੇਰ ਤੇਰ ਦੀ ਬਿਰਤੀ ਨੂੰ ਛੱਡ ਦੇ ਵੀ ਆ ਮੇਰਾ ਤੇਰਾ ਇਹ ਬਿਰਤੀ ਤਿਆਗ ਦੇ ਔਰ ਸਭ ਦੇ ਚਰਨਾਂ ਦੀ ਧੂੜ ਤੇ ਖਾਕ ਬਣ ਕੇ ਰਹੇ ਔਖੀ ਘਾਟੀ ਹੈ ਸਾਡੇ ਅੰਦਰ ਦਾ ਗਰੂਰ ਸਾਡੇ ਅੰਦਰ ਦਾ ਮਾਣ ਕਿਸੇ ਅੱਗੇ ਸਾਨੂੰ ਕਿੱਥੇ ਲਿਫਣ ਦਿੰਦਾ ਚੁਕਣ ਦਿੰਦਾ ਹੰਕਾਰ ਰੂਪੀ ਫਨੀਰ ਨਾਗ ਬਾਰ ਬਾਰ ਸਿਰ ਚੁੱਕਦਾ ਹੈ ਮੈਂ ਇਹਦੇ ਤੋਂ ਵੱਧ ਜਾਣਕਾਰ ਹਾਂ ਮੈਂ ਇਹਦੇ ਤੋਂ ਚੰਗੀ ਗੋਤਰ ਦਾ ਹਾਂ ਮੇਰੀ ਇਹਦੇ ਤੋਂ ਚੰਗੀ ਬਰਾਦਰੀ ਹੈ ਮੇਰਾ ਖਾਨਦਾਨ ਇਹਦੇ ਤੋਂ ਚੰਗਾ ਹੈ ਮੇਰੇ ਕੋਲ ਪਦਵੀ ਤੇ ਰਤਬਾ ਇਹਦੇ ਤੋਂ ਵੱਡਾ ਹੈ ਇਤਨੇ ਮਾਣ ਨੇ ਕਿਤਨਾ ਹੰਕਾਰ ਗਰੀਬਨ ਬਾਜ ਪਾਤਸ਼ਾਹ ਕਹਿੰਦੇ ਭਾਈ ਸਬ ਦੇ ਚਰਨਾਂ ਦੀ ਧੂੜ ਬਣ ਕੇ ਰੇਣ ਬਣ ਕੇ ਰਹਿ ਸਬ ਤੋਂ ਮਤਲਬ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਵੈਸੇ ਕੋਈ ਖੇਡ ਹੈ ਜਿੱਥੇ ਆਪਣਾ ਆਪ ਜਣਾਇ ਇਹਦੀ ਜਾਂਦਾ ਪਰ ਭਟੋ ਘਟ ਗੁਰੂ ਕੇ ਸਿੱਖਾਂ ਦੇ ਸਨਮੁਖ ਹਿਰਦੇ ਚ ਹਲੇਮੀ ਦਾ ਭਾਵ ਹੋਵੇ ਗੁਰਬਾਣੀ ਪੜਨ ਵਾਲਿਆਂ ਦੇ ਸਨਮੁਖ ਸੀਸ ਝੁਕਦਾ ਹੋਵੇ ਹਾਂਜੀ ਕਟ ਕਟ ਬ੍ਰਹਮ ਪਸਾਰਿਆ ਭਾਈ ਪੀਖੈ ਸੁਣੈ ਹਜੂਰ ਕਟ ਕਟ ਵਿੱਚ ਬ੍ਰਹਮ ਨੇ ਆਪਣਾ ਆਪ ਪਸਾਰਿਆ ਉਹ ਆਪ ਹੀ ਸਭ ਵਿੱਚ ਪਸਰਿਆ ਹੋਇਆ ਸਭ ਵਿੱਚ ਉਹੀ ਵੱਸਦਾ ਹੈ ਕਟ ਘਟ ਵਿੱਚ ਉਸ ਨਿਰੰਕਾਰ ਪਰਮੇਸ਼ਰ ਨੇ ਆਪਣਾ ਆਪ ਪਸਾਰਿਆ ਹੋਇਆ ਹੈ। ਮਹਾਰਾਜ ਭਗਤ ਰਵਿਦਾਸ ਜੀ ਦਾ ਇੱਕ ਵਚਨ ਆਉਂਦਾ ਹੈ ਇਤਿਹਾਸ ਵਿੱਚ ਉਹਨਾਂ ਦੀ ਸਾਖੀ ਵਿੱਚ ਕਿ ਚਿਤੌੜ ਦੀ ਰਾਣੀ ਨੇ ਭੋਜਨ ਕੀਤਾ। ਬ੍ਰਾਹਮਣ ਵੀ ਸੱਦੇ ਤੇ ਬ੍ਰਾਹਮਣ ਕਹਿਣ ਕੇ ਚਮਿਆਰ ਹੈ ਇਹਨੂੰ ਅਸੀਂ ਆਪਣੇ ਨਾਲ ਕਿਵੇਂ ਬਿਠਾਈਏ? ਵਿਵਾਦ ਬਣ ਗਿਆ ਭਗਤ ਜੀ ਕਹਿਣ ਲੱਗੇ ਰਾਣੀ ਤੂੰ ਇਹਨਾਂ ਬ્રાਹਮਣਾਂ ਨੂੰ ਛਕਾ ਦੇ ਸਾਡਾ ਕੀ ਅਸੀਂ ਬਾਅਦ ਚ ਛਕ ਲਵਾਂਗੇ ਭਗਤ ਜੀ ਬਾਹਰ ਜਾ ਕੇ ਰੱਬੀ ਰੰਗਾਂ ਵਿੱਚ ਸਿਫਤ ਵਿੱਚ ਭਿੱਜ ਗਏ ਹੁਣ ਉਹ ਜਿੰਨੇ ਬ੍ਰਾਹਮਣ ਬੈਠੇ ਨੇ ਪ੍ਰਸ਼ਾਦੇ ਦਾ ਥਾਲ ਉਹਨਾਂ ਦੇ ਅੱਗੇ ਹੈ ਹਰ ਇੱਕ ਬ੍ਰਾਹਮਣ ਨੂੰ ਆਪਣੇ ਨਾਲ ਭਗਤ ਰਵਿਦਾਸ ਜੀ ਬੈਠੇ ਦਿਸ ਰਹੇ ਨੇ ਇੱਕ ਕਈ ਮੇਰੇ ਕੋਲ ਬੈਠੇ ਨੂੰ ਕਹਿੰਦੇ ਨਹੀਂ ਮੇਰੇ ਕੋਲ ਬੈਠੇ ਨੇ ਇੱਕ ਚਲਕ ਹੈ ਕਿ ਪ੍ਰਮਾਤਮਾ ਆਪਣਾ ਆਪ ਕਿਵੇਂ ਸਾਰੇ ਪਾਸੇ ਫਸਾਰਦਾ ਸਭ ਵਿੱਚ ਉਹ ਆਪ ਹੀ ਫਸਰਦਾ ਜਦੋਂ ਚਾਹੁੰਦਾ ਕਿ ਮੈਂ ਸਾਰਿਆਂ ਵਿੱਚ ਫਸਰ ਜਾਵਾਂ ਤਾਂ ਉਹਦਾ ਫੈਲਾਅ ਹੁੰਦਾ ਘਟ ਘਟ ਵਿੱਚ ਬ੍ਰਹਮ ਨੇ ਆਪਣਾ ਆਪ ਫਸਾਰਿਆ ਹੇ ਭਾਈ ਉਹ ਕੋਲ ਹੋ ਕੇ ਤੈਨੂੰ ਵੇਖਦਾ ਵੀ ਹੈ ਔਰ ਹਾਜ਼ਰਾ ਹਜੂਰ ਹੋ ਕੇ ਤੈਨੂੰ ਸੁਣਦਾ ਵੀ ਹੈ ਕੋਲ ਹੋ ਕੇ ਵੇਖਦਾ ਵੀ ਹੈ ਤੇ ਕੋਲ ਹੋ ਕੇ ਹਾਜ਼ਰਾ ਹਜੂਰ ਤੈਨੂੰ ਸੁਣਦਾ ਵੀ ਹੈ ਜਿਨ੍ਹਾਂ ਜਾਣਿਆ ਕਿ ਉਹ ਕੋਲ ਹੋ ਕੇ ਹਾਜ਼ਰਾ ਹਜੂਰ ਹੋ ਕੇ ਸੁਣਦਾ ਵੀ ਹੈ ਤਾ ਫਿਰ ਉਹ ਕਹਿੰਦੇ ਨੇ ਕਿ ਮੈਨੂੰ ਉੱਚੇ ਚੜ ਕੇ ਬਾਗ ਦੇਣ ਦੀ ਲੋੜ ਨਹੀਂ ਕਿਉਂਕਿ ਮੇਰਾ ਸਾਈਂ ਬਹਿਰਾ ਨਹੀਂ ਹੈ ਹਾਲਾਂਕਿ ਉਹ ਜਿਹੜੀ ਬਾਗ ਦਿੱਤੀ ਜਾਂਦੀ ਸੀ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਨਮਾਜ਼ ਦਾ ਸਮਾਂ ਹੋ ਗਿਆ ਪੜ੍ਹ ਲਓ ਮੁੜ ਕੇ ਉਹ ਨਮਾਜ਼ ਬਣ ਗਈ ਉਹ ਉੱਚੀ ਜੀ ਬਾਗ ਬਣ ਗਈ ਵੀ ਅਸੀਂ ਖੁਰਾ ਨੂੰ ਸੁਣਾ ਰਹੇ ਹਾਂ ਹਾਲਾਂਕਿ ਉਹ ਆਵਾਜ਼ ਸੀ ਸੁਣਾਉਣ ਲਈ ਲੋਕਾਂ ਨੂੰ ਆਪਣੇ ਭਾਈਚਾਰੇ ਦੇਆਂ ਉਹ ਫਿਰ ਭਗਤ ਜੀ ਕਹਿੰਦੇ ਵੀ ਜੇ ਤੂੰ ਰੱਬ ਨੂੰ ਸੁਣਾਉਣ ਵਾਸਤੇ ਬਾਗ ਉਚਾਰਨ ਕਰ ਰਿਹਾ ਤੇ ਯਾਦ ਰੱਖ ਉਹ ਬਹਿਰਾ ਨਹੀਂ ਹੈ ਤੇਰੇ ਕੋਲ ਕੰਨ ਹੁੰਦੇ ਆ ਵੀ ਤੂੰ ਡੋਰਾ ਹੈ ਮਨੁੱਖ ਦੇ ਪਾਸ ਕੰਨ ਹਨ ਸੁਣਨ ਦੀ ਸ਼ਕਤੀ ਵੀ ਹੈ ਕਿ ਹਰ ਇੱਕ ਦੀ ਗੱਲਬਾਤ ਸੁਣ ਲੈਂਦਾ ਅਰ ਰੱਬ ਦੀ ਬਾਤ ਰੱਬ ਕੋਲ ਹੋ ਕੇ ਬੋਲ ਰਿਹਾ ਨਹੀਂ ਸੁਣਦਾ ਕਿਉਂਕਿ ਡੋਰਾ ਬਣਿਆ ਹੋਇਆ ਬੌੜਾ ਬਣਿਆ ਹੋਇਆ ਕਹਾ 부ਝਾਰਤ 부ਝ ਹੈ ਡੋਰਾ ਡੋਰਾ ਨਿਸ ਕਹੀਏ ਤੋ ਸਮਝ ਹੈ ਪੂਰਾ ਕਹੋ ਕੁਝ ਹੋਰ ਤੋ ਸਮਝਦਾ ਕੁਝ ਹੋਰ ਹੈ ਪਰ ਪ੍ਰਮਾਤਮਾ ਬੌੜਾ ਨਹੀਂ ਬਾਦਸ਼ਾਹ ਕਹਿੰਦੋ ਤਾਂ ਕੋਲ ਹੋ ਕੇ ਤੇਰੇ ਹਜੂਰ ਹਜੂਰ ਦਾ ਮਤਲਬ ਸਾਹਮਣੇ ਹੋ ਕੇ ਸੁਣਦਾ ਤੂੰ ਨਾਂ ਵੀ ਬੋਲੇ ਤਾਂ ਵੀ ਸੁਣ ਲੈਂਦਾ ਹਾਂਜੀ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਆ ਝੂਰ ਜਿਸ ਦਿਨ ਉਹ ਪਾਰ ਬ੍ਰਹਮ ਪਰਮੇਸ਼ਰ ਹਿਰਦੇ ਚੋਂ ਵਿਸਰਦਾ ਹੈ ਏ ਭਾਈ ਗੁਰਸਿੱਖ ਦੀ ਅਵਸਥਾ ਹੈ ਗੁਰਬਾਣੀ ਪੜਨ ਵਾਲੇ ਦੀ ਅਵਸਥਾ ਹੈ ਉਹ ਤਿੱਤ ਦਿਨ ਉਸ ਦਿਨ ਚੁਰ-ਚੁਰ ਮਰਦਾ ਉਹ ਕਹਿੰਦਾ ਪਤਾ ਨਹੀਂ ਅੱਜ ਕਿਹੋ ਜਿਆ ਮੰਦ ਭਾਗਾ ਦਿਨ ਚੜਿਆ ਮੈਨੂੰ ਗੁਰੂ ਦੇ ਦਰਸ਼ਨ ਨਹੀਂ ਹੋਏ ਜੇ ਕਿਤੇ ਦੇਵ ਨੇਤ ਉਹਦੇ ਕੋਲੋਂ ਗੁਰੂ ਪਾਤਸ਼ਾਹ ਦੇ ਦਰਸ਼ਨ ਨਾ ਹੋਣ ਦੇਵ ਨੇਤ ਕਿਤੇ ਐਸਾ ਹੋਵੇ ਕਿ ਕਿਤੇ ਕੋਈ ਨਿਤਨੇਮ ਦੀ ਬਾਣੀ ਉਹਦੇ ਕੋਲੋਂ ਛੁੱਟ ਜਾਏ ਤੇ ਸਾਰਾ ਦਿਨ ਉਹ ਤਰਲੋ ਮੱਛੀ ਹੁੰਦਾ ਰਹਿੰਦਾ ਪਤਾ ਨਹੀਂ ਅੱਜ ਕੀ ਕੱਟ ਗਿਆ ਪਤਾ ਨਹੀਂ ਅੱਜ ਕੀ ਸੀ ਐਸਾ ਜੋ ਨਹੀਂ ਪ੍ਰਾਪਤ ਹੋਇਆ ਇਹ ਨੇਤਨੇਮੀਆਂ ਦੀ ਵੀ ਅਵਸਥਾ ਹੈ ਜਿਸ ਦਿਨ ਗੁਰੂ ਘਰ ਨਾ ਆਉਣ ਸਾਰਾ ਦਿਨ ਉਹਨਾਂ ਦੇ ਮਨ ਨਮੋਸ਼ੀ ਦੇ ਵਿੱਚ ਬਤੀਤ ਹੁੰਦਾ ਹਾਂਜੀ ਕਰਨ ਕਰਾਵਣ ਸਮ ਰਥੋ ਪਾਈ ਸਰਬ ਕਲਾ ਭਰਪੂਰ ਏ ਭਾਈ ਉਹ ਕਰਨ ਕਰਾਵਣ ਸਮਰੱਥ ਹੈ ਵਾਹਿਗੁਰੂ ਕਰਨ ਦੇ ਵੀ ਸਮਰੱਥ ਹੈ ਤੇ ਕਰਾਵਣ ਦੇ ਵੀ ਸਮਰੱਥ ਹੈ। ਉਹ ਸਰਬ ਕਲਾ ਭਰਪੂਰ ਹੈ। ਉਹਦੇ ਚ ਸਾਰੀਆਂ ਹੀ ਕਲਾਵਾਂ ਹਨ। ਸੰਸਾਰ ਦੇ ਵੱਖੋ ਵੱਖਰੇ ਅਵਤਾਰ ਉਹਨਾਂ ਦੀਆਂ ਗਿਣੀਆਂ ਚੁਣੀਆਂ ਕਲਾਵਾਂ ਹਨ। ਪਰ ਵਾਹਿਗੁਰੂ ਪਾਰਬ੍ਰह्म ਪਰਮੇਸ਼ਵਰ ਸਰਬ ਕਲਾ ਭਰਪੂਰ ਹੈ। ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਇਹ ਭਾਈ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਪਦਾਰਥ ਜਿਹੜਾ ਉਹ ਨਾਮ ਹੈ ਇੱਕ ਪ੍ਰੇਮ ਪਦਾਰਥ ਇੱਕ ਨਾਮ ਪਦਾਰਥ ਪ੍ਰੇਮ ਰੂਪੀ ਪਦਾਰਥ ਔਰ ਨਾਮ ਰੂਪੀ ਪਦਾਰਥ ਜਦੋਂ ਇਹ ਪ੍ਰਾਪਤ ਹੋ ਜਾਵੇ ਤਾਂ ਮਾਇਆ ਦਾ ਜਿਹੜਾ ਮੋਹ ਹੈ ਉਹ ਹਿਰਦੇ ਚੋਂ ਵਿੰਸ ਜਾਂਦਾ ਮਾਇਆ ਦੇ ਮੋਹ ਦੀ ਨਰਵਿਰਤੀ ਹੋ ਜਾਂਦੀ ਹੈ ਤਿਸ ਭਾਵੇਂ ਤਾਂ ਮੇਲ ਲਈ ਪਾਈ ਹਿਰਦੈ ਨਾਮ ਨਿਵਾਸ ਤਿਸ ਵਾਹਿਗੁਰੂ ਪਰਮੇਸ਼ਰ ਨੂੰ ਭਾਵੇ ਤਾਂ ਮੇਲ ਲੈ ਭਾਈ ਉਹ ਫਿਰ ਮੇਲ ਲੈਂਦਾ ਆਪਣੇ ਨਾਲ ਕਿਹਨਾਂ ਨੂੰ ਮੇਲ ਲੈਂਦਾ ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਦਾ ਨਾਮ ਨਿਵਾਸ ਕਰਦਾ ਹੈ ਉਹ ਵਾਹਿਗੁਰੂ ਉਸ ਵਾਹਿਗੁਰੂ ਨੂੰ ਪਾ ਜਾਂਦੇ ਨੇ ਔਰ ਜਿਹੜੇ ਭਾ ਜਾਂਦੇ ਨੇ ਉਹਨਾਂ ਨੂੰ ਆਪਣੇ ਨਾਲੋ ਮੇਲ ਲੈਂਦਾ ਹੈ ਗੁਰਮੁਖ ਕਮਲ ਪ੍ਰਗਾਸੀਐ ਪਾਈ ਰਿਦਾ ਹੁਵਾ ਪ੍ਰਗਾਸ ਗੁਰੂ ਦੇ ਮੁਖ ਦੁਆਰਾ ਹਿਰਦੇ ਰੂਪੀ ਕਮਲ ਦਾ ਪ੍ਰਕਾਸ਼ ਹੁੰਦਾ ਹੈ ਹੇ ਭਾਈ ਜਦੋਂ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿੱਚ ਨਾਮ ਰੂਪੀ ਕਮਲ ਦਾ ਪ੍ਰਕਾਸ਼ ਹੁੰਦਾ ਤਾਂ ਫਿਰ ਹਿਰਦੇ ਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਜਦੋਂ ਕਮਲ ਖਿੜਦਾ ਤੋ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪ੍ਰਗਟ ਭਿਆਰ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ਼ ਵਾਹਿਗੁਰੂ ਦਾ ਪ੍ਰਤਾਪ ਸਾਰੇ ਜਗਤ ਵਿੱਚ ਪ੍ਰਗਟ ਹੈ ਏ ਭਾਈ ਉਹ ਤਾਂ ਧਰਤੀ ਵਿੱਚ ਆਕਾਸ਼ ਵਿੱਚ ਅਲ ਪਤਾਲ ਆਕਾਸ਼ ਸਾਰਿਆਂ ਵਿੱਚ ਵਿਆਪਕ ਹੈ ਸਾਰਿਆਂ ਵਿੱਚ ਮੌਲਿਆ ਹੋਇਆ ਹੈ ਉਹੀ ਮੌਲਿਆ ਹੋਇਆ ਜਦੋਂ ਖਿੜਦਾ ਹੈ ਫੁੱਲ ਵਨਸਪਤੀ ਦੇ ਵਿੱਚੋਂ ਤਾਜ਼ੀਆਂ ਕਰੰਬੜਾ ਨਿਕਲਦੀਆਂ ਨੂੰ ਤੂੰ ਸਮਝ ਲੋ ਇਹ ਜਿਹੜਾ ਮੌਲ ਰਿਹਾ ਹੈ ਨਾ ਉਹ ਅਕਾਲ ਪੁਰਖ ਪਰਮੇਸ਼ਰ ਹੈ ਉਹ ਧਰਤੀ ਤੇ ਆਕਾਸ਼ ਵਿੱਚ ਮੌਲਿਆ ਹੋਇਆ ਹੈ ਗੁਰਪੂਰੈ ਸੰਤੋਖ ਆਪਾਈ ਅਹ ਨਿਸਲਾਗਾ ਪਾਉ ਪੂਰੇ ਗੁਰੂ ਨੇ ਸਾਨੂੰ ਸੰਤੋਖ ਦੀ ਦਾਤ ਦਿੱਤੀ ਹੈ हे ਭਾਈ ਰਾਤ ਦਿਨ ਅਠੇ ਪੈਰ ਸਾਡੇ ਐਸੇ ਪੂਰੇ ਗੁਰੂ ਨਾਲ ਭਾਉ ਪ੍ਰੇਮ ਲੱਗਾ ਹੋਇਆ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸੁਆਉ ਇਹ ਭਾਈ ਜਿਹੜੇ ਆਪਣੀ ਰਸਨਾ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਰੱਬ ਦੇ ਉਚਾਰਦੇ ਹਨ ਉਹਨਾਂ ਨੂੰ ਇਹ ਸਵਾਦ ਸੱਚਾ ਪ੍ਰਤੀਤ ਹੁੰਦਾ ਇਹ ਸੱਚਾ ਸਵਾਦ ਹੈ ਔਰ ਇਹੀ ਉਹਨਾਂ ਦੇ ਜੀਵਨ ਦਾ ਸਵਾਉ ਕਹੀਏ ਸਵਾਦ ਜਾ ਇਸ ਤਰ੍ਹਾਂ ਕਹਿ ਲਈ ਇਹ ਹੀ ਉਹਨਾਂ ਦੇ ਜੀਵਨ ਦਾ प्रयोजन ਹੈ ਕਰਨੀ ਸੁਣ ਸੁਣ ਜੀਵਿਆ ਪਾਈ ਨਿਹਚਲ ਪਾਇਆ ਥਾਂ ਓ ਰੱਬ ਦੇ ਪਿਆਰੇ ਆਪਣੇਆ ਕੰਨਾਂ ਨਾਲ ਪਰਮੇਸ਼ਰ ਦੀ ਸਿਫਤ ਸੁਣ ਸੁਣ ਕੇ ਜੀਵਦੇ ਹਨ ਵਾਹਿਗੁਰੂ ਦੀਆਂ ਵਡਿਆਈਆਂ ਸੁਣ ਸੁਣ ਕੇ ਜੀਵਦੇ ਹਨ ਔਰ ਉਹਨਾਂ ਨੂੰ ਨਿਹਚਲ ਨਾਂ ਚਲਾਏ ਮਾਨ ਹੋਣ ਵਾਲੀ ਜਿਹੜੀ ਥਾਂ ਹੈ ਉਹ ਪ੍ਰਾਪਤ ਹੁੰਦੀ ਹੈ ਜਿਸ ਪਰ ਤੀਤ ਨਾ ਆਵਈ ਭਾਈ ਸੋ ਜੀੜਾ ਜਲ ਜਾਓ ਜਿਨ੍ਹਾਂ ਨੂੰ ਆਪਣੇ ਮਾਲਕ ਦੀ ਪ੍ਰਤੀਤ ਨਹੀਂ ਗੁਰੂ ਦਾ ਭਰੋਸਾ ਨਹੀਂ ਬੇਪ੍ਰਤੀਤੇ ਲੋਕ ਨੇ ਪਾਤਸ਼ਾਹ ਕਹਿੰਦੇ ਉਹਨਾਂ ਬੇਪ੍ਰਤੀਤੇ ਲੋਕਾਂ ਦਾ ਜੀੜਾ ਵਿਸ਼ੇਵਕਾਰਾਂ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਪੁੱਜਦਾ ਰਹਿੰਦਾ ਉਹ ਜੀੜੇ ਸੜ ਜਾਂਦੇ ਹਨ ਜਲ ਜਾਂਦੇ ਹਨ ਜਿਨ੍ਹਾਂ ਹਿਰਦਿਆਂ ਵਿੱਚ ਆਪਣੇ ਮਾਲਕ ਦੀ ਪ੍ਰਤੀਤ ਨਹੀਂ ਗੁਰੂ ਦੀ ਪ੍ਰਤੀਤ ਨਹੀਂ ਬਹੁ ਗੁਣ ਮੀਰੇ ਸਾਹਿਬੈ ਭਾਈ ਹਉ ਤਿਸ ਕੈ ਬਲਜਾਉ ਮੇਰੇ ਸਾਹਿਬ ਦੇ ਵਿੱਚ ਬਹੁਤ ਗੁਣ ਹਨ ਉਹ ਗਿਣੇ ਨਹੀਂ ਜਾਂਦੇ ਕਿੰਨੇ ਕ ਗੁਣ ਨੇ ਜਦੋਂ ਬਹੁ ਸ਼ਬਦ ਵਰਤਿਆ ਇਹਦਾ ਮਤਲਬ ਗਿਣਤੀ ਮਿੰਤੀ ਨਹੀਂ ਹੈ ਮੇਰੇ ਸਾਹਿਬ ਵਿੱਚ ਬਹੁ ਗੁਣ ਹਨ ਹੇ ਭਾਈ ਇਹ ਗੁਣ ਇਤਨੇ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ ਉਹ ਗਣਤੀ ਮਿੰਡਤੀ ਵਿੱਚ ਨਹੀਂ ਆਉਂਦੇ ਦੁਬਾਰਾ ਪੜੀਏ ਜੀ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲ ਜਾਉ ਮੇਰੇ ਜਿਸ ਸਾਹਿਬ ਵਿੱਚ ਬਹੁਤ ਗੁਣ ਨੇ ਮੈਂ ਉਸ ਤੋਂ ਬਲਿਹਾਰ ਜਾਂਦਾ ਮੈਂ ਤਿਸ ਵਾਹਿਗੁਰੂ ਤੋਂ ਵਾਰੇ-ਵਾਰੇ ਜਾਂਦਾ ਹਾਂ ਓਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇਂ ਥਾਉ ਆਹੋ ਕੈਸਾ ਦੇ ਆਲੂ ਹੈ ਉਹਦੇ ਬੇਅੰਤ ਗੁਣਾਂ ਚ ਇੱਕ ਗੁਣ ਇਹ ਵੀ ਹੈ ਕਿ ਉਹ ਨਿਰਗੁਣਿਆਰਿਆਂ ਨੂੰ ਪਾਲਦਾ ਹੈ ਨਿਰਗੁਣਿਆਰਿਆਂ ਨੂੰ ਆਮ ਕਰਕੇ ਸੰਸਾਰ ਵਿੱਚ ਨਿਰਗੁਣਿਆਰੇ ਬੰਦੇ ਲਤਾੜੇ ਜਾਂਦੇ ਨੇ ਪਛਾੜੇ ਜਾਂਦੇ ਨੇ ਨਿਰਗੁਣਿਆਰੇ ਬੰਦਿਆਂ ਨੂੰ ਵੀ ਇਹਦੇ ਚ ਕੋਈ ਗੁਣ ਨਹੀਂ ਇਹ ਉਹ ਗਣਾ ਦਾ ਭਰਿਆ ਹੋਇਆ ਉਹਨਾਂ ਨੂੰ ਛਿਚਕੇਰ ਦਿੱਤਾ ਜਾਂਦਾ ਹੈ ਪਰ ਮੇਰਾ ਸੁਆਮੀ ਨਿਰਗੁਣ ਆਰਿਆਂ ਨੂੰ ਵੀ ਪਾਲਦਾ ਹੈ ਫਿਰ ਉਹਦਾ ਗੁਣ ਇਹ ਵੀ ਹੈ ਕਿ ਜਿਨ੍ਹਾਂ ਨੂੰ ਕਿਤੇ ਥਾਂ ਨਹੀਂ ਉਹਨਾਂ ਨਿਥਾਮਿਆਂ ਨੂੰ ਥਾਂ ਦੇਣ ਵਾਲੇ ਨੇ ਨਿਥਾਮਿਆਂ ਨੂੰ ਥਾਂ ਜਿਨ੍ਹਾਂ ਨੂੰ ਕੋਈ ਥਾਂ ਨਹੀਂ ਦਿੰਦਾ ਆਪਣੇ ਅਸਥਾਨਾਂ ਤੇ ਭਗਤ ਨਾਮਦੇਵ ਜੀ ਵਰਗੇ ਮਹਾਪੁਰਸ਼ਾਂ ਨੂੰ ਮੰਦਰਾਂ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਪਰ ਵਾਹਿਗੁਰੂ ਜੀ ਆਪਣੇ ਐਸੇ ਪਿਆਰਿਆਂ ਨੂੰ ਥਾਂ ਦਿੰਦੇ ਹਨ ਦੁਨੀਆ ਵਿੱਚ ਜਿਨ੍ਹਾਂ ਨੂੰ ਨਿਥਾਵਾਂ ਕਿਹਾ ਜਾਂਦਾ ਹੈ ਉਹਨਾਂ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ 'ਚ ਥਾਂ ਪ੍ਰਦਾਨ ਕਰ ਦਿੰਦੇ ਨੇ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜੁਲਾਈ ਦੇ ਮੁਖੋਂ ਇਹ ਸੁਣਿਆ ਸੀ ਨਾ ਨਿਥਾਵਾਂ ਹੋਰ ਦੁੱਖ ਨਹੀਂ ਸੀ ਲੱਗਾ ਕੋਈ ਕੁਝ ਕਿਆ ਨਾ ਵੀ ਸਹੀ ਢੰਗ ਨਾਲ ਨਹੀਂ ਸੀ ਲਿਆ ਉਸਨੇ ਪਰ ਕਿਆ ਨਨਥਾਵਾਂ ਤੇ ਪਾਤਸ਼ਾਹ ਕਹਿੰਦੇ ਨਾ ਕੰਬਲੀਏ ਹੁਣ ਮੈਂ ਨਨਥਾਵਾਂ ਨਹੀਂ ਰਿਹਾ ਮੈਨੂੰ ਮੇਰੇ ਗੁਰੂ ਦੇ ਚਰਨਾਂ ਚ ਥਾਂ ਮਿਲ ਗਈ ਤੇ ਗੁਰੂ ਅੰਗਦ ਪਾਤਸ਼ਾਹ ਨੇ ਗੱਲ ਨਾਲ ਲਾ ਕੇ ਆਖਿਆ ਤੁਆਂ ਨੂੰ ਨਿਥਾਵਾਂ ਕਹਿਣ ਵਾਲਿਆਂ ਨੂੰ ਮੈਂ ਸੁਚੇਤ ਕਰ ਦਿਆਂ ਜਿਹੜੇ ਨਿਥਾਵੇਂ ਨੇ ਉਹਨਾਂ ਦੀ ਤੁਸੀਂ ਥਾਂ ਹੋ ਆਹੋ ਨਿਮਾਨਨ ਕੇ ਤੁਮ ਮਾਣ ਜਿਹੜੇ ਨਿਮਾਣੇ ਨੇ ਉਹਨਾਂ ਦਾ ਤੁਸੀਂ ਮਾਣ ਹੋ ਮੇਰੇ ਸਹਬ ਦੀ ਨਿਰਗੁਣ ਆਰਿਆਂ ਨੂੰ ਔਗਣਾ ਨਾਲ ਭਰਿਆਂ ਹੋਿਆਂ ਨੂੰ ਪਾਲਦੇ ਹਨ ਹੇ ਭਾਈ ਉਨ ਥਾਵਿਆਂ ਨੂੰ ਵੀ ਥਾਂ ਬਖਸ਼ਦੇ ਹਨ ਹਾਂਜੀ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਨਾਉ ਸੰਸਾਰ ਦੇ ਸਮਸਤ ਜੀਵਾਂ ਨੂੰ ਰਿਜਕ ਦੇ ਕੇ ਸਵਾਸ ਸਵਾਸ ਪਾਲਣ ਵਾਲੇ ਨੇ ਸਵਾਸ ਸਵਾਸ ਪਾਲਣਾ ਕਰਦੇ ਨੇ ਰਿਜਕ ਦੇ ਕੇ ਇਹ ਭਾਈ ਮੇਰੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਨਾਮ ਹੈ ਉਹ ਗੂੜਾ ਪ੍ਰੇਮ ਦੇ ਰੰਗ ਨਾਲ ਭਰਿਆ ਹੋਇਆ ਇਹ ਐਸਾ ਗੂੜਾ ਰੰਗ ਹੈ ਕਿ ਜਿਸ ਦੇ ਹਿਰਦੇ ਨੂੰ ਚੜ ਜਾਵੇ ਨਹੀਂ ਉਤਰਦਾ ਜਿਸ ਗੁਰ ਸਾਚਾ ਪੀਟੀਐ ਪਾਈ ਪੂਰਾ ਤਿਸ ਕਰਮਾਉ ਜਿਸ ਨੂੰ ਪੂਰੇ ਤੇ ਸੱਚੇ ਸਤਿਗੁਰਾਂ ਦਾ ਮੇੜ ਪ੍ਰਾਪਤ ਹੁੰਦਾ ਉਹ ਕੌਣ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲਦੇ ਨੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਕਰਮ ਪੂਰੇ ਹਨ ਜਿਨ੍ਹਾਂ ਦੇ ਭਾਗ ਪੂਰੇ ਹਨ ਜਿਨ੍ਹਾਂ ਦੇ ਭਾਗ ਵੱਡੇ ਹਨ ਉਹਨਾਂ ਨੂੰ ਪੂਰੇ ਤੇ ਸੱਚੇ ਸਤਗੁਰਾਂ ਦਾ ਮੇਲ ਪ੍ਰਾਪਤ ਹੁੰਦਾ ਹੈ ਔਰ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਮਿਲਦੇ ਨੇ ਉਹਨਾਂ ਤੇ ਗੁਰੂ ਪਾਤਸ਼ਾਹ ਦੀ ਪੂਰਨ ਕਿਰਪਾ ਹੁੰਦੀ ਹੈ ਤਿਸ ਬਿਨ ਕੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਤਿਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਮੈਂ ਇੱਕ ਘੜੀ ਮਾਤਰ ਵੀ ਨਹੀਂ ਜੀਵਦਾ ਹੈ ਭਾਈ ਸਰਬ ਕਲਾ ਭਰਪੂਰ ਉਹ ਸਰਬ ਕਲਾ ਭਰਪੂਰ ਕਹੀਏ ਪਰਿਪੂਰਣ ਹੈ ਲਬ ਲਬ ਭਰਿਆ ਹੋਇਆ ਉਹਦੇ ਚ ਬਿਆੰਤ ਕਲਾਵਾਂ ਹਨ ਹਾਂਜੀ ਸਾਸ ਗਿਰਾਸ ਨਾ ਵਿਸਰੈ ਭਾਈ ਪਿਖਉ ਸਦਾ ਹਜੂਰ ਪਾਤਸ਼ਾਹ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਸਾਸ ਗਿਰਾਸ ਨਹੀਂ ਵਿਸਰਦਾ ਮੈਂ ਉਹਨੂੰ ਹਰ ਵੇਲੇ ਆਪਣੇ ਹਜੂਰ ਵੇਖਦਾ ਹਰ ਵੇਲੇ ਆਪਣੇ ਕੋਲ ਵੇਖਦਾ ਹਰ ਵੇਲੇ ਸੁਬਾਹ ਗੁਰੂ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਪ੍ਰਤੀਤ ਕਰਦਾ ਹਾਂ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਭਰਪੂਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਾਧੂ ਸੰਗ ਮਿਲਾਇਆ ਹੈ ਏ ਭਾਈ ਉਹਨਾਂ ਨੇ ਜਾਣ ਲਿਆ ਕਿ ਪਰਮਾਤਮਾ ਸਰਬ ਥਾਈਂ ਭਰਪੂਰ ਹੈ ਜਿਹੜੇ ਸਾਧ ਸੰਗਤ ਵਿੱਚ ਮਿਲਦੇ ਨੇ ਸਾਧ ਸੰਗਤ ਵਿੱਚ ਜੁੜਦੇ ਨੇ ਉਹ ਸਤ ਸੰਗੀ ਜਾਣਦੇ ਨੇ ਕਿ ਵਾਹਿਗੁਰੂ ਸਰਬ ਥਾਵਾਂ 'ਚ ਭਰਪੂਰ ਹੈ ਜਿਨ੍ਹਾਂ ਪ੍ਰੀਤ ਨਾ ਲੱਗੀਆਂ ਭਾਈ ਸਿਨਿਤ ਨਿਤ ਮਰਦੇ ਝੂਰ ਜਿਨ੍ਹਾਂ ਦੇ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੀਤ ਨਹੀਂ ਹੈ ਜਿਨ੍ਹਾਂ ਪ੍ਰੀਤ ਨਾ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਹੀ ਨਹੀਂ ਨਰੰਕਾਰ ਵਾਹਿਗੁਰੂ ਦੇ ਪ੍ਰੇਮ ਤੋਂ ਸਖਣੇ ਨੇ ਪਾਤਸ਼ਾਹ ਕਹਿੰਦੇ ਉਹ ਨਿਤ ਰੋਜ਼ ਹਰ ਵੇਲੇ ਹਰ ਪਲ ਚੁਰ-ਚੁਰ ਕੇ ਮਰਦੇ ਹਨ। ਪ੍ਰੇਮ ਤਾਂ ਖੇੜਾ ਪੈਦਾ ਕਰਦਾ ਹੈ। ਜਿਹੜੇ ਵਾਹਿਗੁਰੂ ਦੇ ਪ੍ਰੇਮ ਤੋਂ ਵਿਹੂਣੇ ਨੇ ਉਹ ਤਾਂ ਚੁਰ-ਚੁਰ ਮਰਦੇ ਹਨ। ਉਹਨਾਂ ਦੇ ਹਿਰਦੇ 'ਚ ਹਮੇਸ਼ਾ ਹੀ ਝੋਰਾ ਬਣਿਆ ਰਹਿੰਦਾ ਹੈ। ਇਹ ਬੜੀ ਵੱਡੀ ਅਮੋਲਕ ਦਾਤ ਹੈ ਵਾਹਿਗੁਰੂ ਨੇ। ਜੋ ਸੰਸਾਰ ਦੇ ਮਨੁੱਖਾਂ ਵਿੱਚ ਜੀਵਾਂ ਵਿੱਚ इवन ਇਥੋਂ ਤੱਕ ਪਸ਼ੂਆਂ ਤੇ ਪੰਛੀਆਂ ਵਿੱਚ ਵੀ ਇਹ ਦਾਤ ਪਾਈ ਹੋਈ ਹੈ ਪ੍ਰੇਮ ਦੀ ਪਸ਼ੂ ਵੀ ਹਾਲਾਂਕਿ ਬੇਸਮਝ ਨੇ ਭੋਗ ਜੁਨੀ ਹੈ ਜੇ ਮਨੁੱਖ ਨਾਲ ਪ੍ਰੇਮ ਪਾ ਲੈਣ ਉਹ ਵੀ ਆਪਣਾ ਪ੍ਰੇਮ ਤੋੜ ਨਿਭਾ ਲੈਂਦੇ ਹੈ ਇੱਕ ਮਨੁੱਖ ਹੈ ਜਿਹੜਾ ਕੇਵਲ ਤਾਂ ਕੇਵਲ ਕਿਸੇ ਨਾਲ ਪ੍ਰੇਮ ਕਰਦਾ ਤਾਂ ਆਪਣੇ ਨਿੱਜ ਸਵਾਰਥ ਵਾਸਤੇ ਇਹਦਾ ਪ੍ਰੇਮ ਕੇਵਲ ਆਪਣੇ ਸਵਾਰਥ ਦੀ ਪੂਰਤੀ ਵਾਸਤੇ ਹੈ ਸਵਾਰਥ ਦੀ ਪੂਰਤੀ ਜਿੱਥੇ ਸਵਾਰਥ ਹੋਵੇ ਉਹ ਪ੍ਰੇਮ ਨਹੀਂ ਹੈ ਤੋਂ ਵਾਹਿਗੁਰੂ ਨੇ ਪ੍ਰੇਮ ਦੀ ਅਮੋਲਕ ਦਾਤ ਜੀਵਾਂ ਨੂੰ ਦਿੱਤੀ ਹੈ ਔਰ ਇਹਨੂੰ ਜਿੰਨਾ ਵੰਡ ਲਵੇ ਇਹਦੇ ਚ ਟੋਟਾ ਨਹੀਂ ਆਉਂਦਾ ਕਮੀ ਨਹੀਂ ਆਉਂਦੀ ਇਹ ਵੱਧਦਾ ਚੱਲਿਆ ਜਾਂਦਾ ਹੈ ਤੋਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਵਿੱਚ ਪਰਮੇਸ਼ਰ ਦੀ ਪ੍ਰੀਤ ਹੀ ਨਹੀਂ ਆਕਾਲ ਪੁਰਖ ਦੀ ਪਰਮੇਸ਼ਰ ਦੀ ਪ੍ਰੀਤ ਤੋਂ ਬਿਹੋਣੇ ਨੇ ਉਹ ਚੁਰ-ਚੁਰ ਮਰਦੇ ਆ ਇੱਕ ਮਹਾਤਮਾ ਹੋਏ ਬੜੇ ਪ੍ਰਸਿੱਧ Swami Ramkrishna ji paramhans ਉਹਨਾਂ ਨੂੰ ਇੱਕ ਵਿਅਕਤੀ ਮਿਲਿਆ ਕਹਿਣ ਲੱਗਾ ਜੀ ਮੈਨੂੰ ਤੁਸੀਂ ਪਰਮੇਸ਼ਰ ਦੇ ਨਾਲ ਮਿਲਾਓ ਉਹਨਾਂ ਆਖਿਆ ਐਸਾ ਕੋਈ ਜਗਿਆਸੂ ਬਿਰਲਾ ਆਉਂਦਾ ਨਹੀਂ ਤੱਕਸਰ ਆਉਂਦੇ ਉਹਨੇ ਕਿ ਮੇਰਾ ਸਿਰ ਪੀੜ ਹੁੰਦਾ ਹੈ ਮੇਰੇ ਗੋਡੇ ਪੀੜ ਹੁੰਦੇ ਨੇ ਸਾਨੂੰ ਆਪ ਸਮੱਸਿਆ ਹੈ ਪਰ ਇਹ ਕੋਈ ਭਾਵਨਾ ਲੈ ਕੇ ਆਇਆ ਕਿ ਮੈਨੂੰ ਪ੍ਰਮਾਤਮਾ ਨਾਲ ਮਿਲਾਓ ਉਹਨਾਂ ਬੜਾ ਸਤਕਾਰ ਕੀਤਾ ਇਹਦਾ ਹੱਥ ਫੜਿਆ ਤੇ ਟੁਰ ਪਏ ਜਦ ਮੈਂ ਪੈਦਲ ਟਹਿਲਦੇ ਨੇ ਹੇਲ ਦੇ ਜਾਣ ਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪੁੱਛਦੇ ਐ ਕਿ ਤੂੰ ਸੰਸਾਰ ਦੇ ਵਿੱਚ ਸਮਾਜ ਵਿੱਚ ਲੋਕਾਂ ਵਿੱਚ ਵਿਚਰਦਾ ਹੈ ਕਿ ਕਦੇ ਰੱਬ ਦੇ ਬੰਦਿਆਂ ਨਾਲ ਪ੍ਰੇਮ ਕੀਤਾ ਹੈ ਕਹਿਣ ਲੱਗਾ ਜੀ ਨਹੀਂ ਮੈਂ ਤਾਂ ਸਭ ਨਾਲੋਂ ਤੋੜ ਕੇ ਰੱਖਦਾ ਸਭ ਨਾਲੋਂ ਤੋੜ ਕੇ ਰੱਖਦਾ ਕਿਉਂਕਿ ਜੇ ਕਿਸੇ ਨਾਲ ਪ੍ਰੇਮ ਦੀਆਂ ਦੋ ਗੱਲਾਂ ਕਰ ਲਈਏ ਤੇ ਅਗਲੇ ਦਿਨ ਉਹ ਮੰਗਣ ਪਹੁੰਚ ਜਾਂਦਾ। ਵੀ ਸਾਨੂੰ ਆਹ ਚਾਹੀਦਾ ਉਹ ਚਾਹੀਦਾ। ਮੈਂ ਹਾਂ ਤਣਾੜ ਹਾਂ ਘਰ ਵਿੱਚ ਕਮੀ ਨਹੀਂ ਕਿਸੇ ਵਸਤੂ ਦੀ। ਇਸ ਕਰਕੇ ਜਿਹੜਾ ਵੀ ਆਉਂਦਾ ਮੈਂ ਤਾਂ ਖਾਉ ਖਾਉ ਕਰਕੇ ਪੈਂਦਾ। ਇੱਕਦਮ ਹੱਥ ਉਹਦਾ ਝਟਕ ਕੇ ਛੁੱਟਿਆ ਕਹਿੰਦੇ ਮੈਂ ਤਾਂ ਮੁਰਦੇ ਦਾ ਹੱਥ ਫੜ ਲਿਆ। ਜਿਸ ਨੇ ਕਦੇ ਦੀਵੇ ਦੀ ਲੋ ਨਹੀਂ ਵੇਖੀ ਉਸ ਨੂੰ ਸੂਰਜ ਵਿਖਾਵਾਂਗੇ ਅੰਨ ਹੋ ਜਾਏਗਾ ਜਿਸ ਨੇ ਕਦੇ ਦੀਵੇ ਦੀ ਲਾਟ ਨਹੀਂ ਵੇਖੀ ਸੂਰਜ ਦੇ ਸਾਹਮਣੇ ਲੈ ਕੇ ਜਾਓਗੇ ਅੰਨ ਹੋ ਜਾਏਗਾ ਜੇ ਤੂੰ ਪ੍ਰਮਾਤਮਾ ਦੇ ਬਣਾਏ ਹੋਏ ਪ੍ਰਮਾਤਮਾ ਦੇ ਜੀਵਾਂ ਨਾਲ ਪ੍ਰੇਮ ਨਹੀਂ ਕਰਦਾ ਤੋ ਪ੍ਰਮਾਤਮਾ ਤਾਂ ਹਾਈ ਪ੍ਰੇਮ ਸਰੂਪ ਤੋ ਉਸ ਨੂੰ ਕਿਵੇਂ ਮਿਲੇਗਾ ਤੇਰੇ ਸਾਹਮਣੇ ਵੀ ਆ ਕੇ ਖਲੋ ਜਾਏ ਅੰਨਾ ਹੋ ਜਾਏਗਾ ਉਹਾ ਪ੍ਰੇਮ ਪਰੀ ਨਰੰਕਾਰ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਪ੍ਰੇਮ ਮਈ ਹੈ ਪ੍ਰੇਮ ਦਾ ਸਰੂਪ ਹੈ ਦਿਆਨਿਤ ਸਵਾਮੀ ਜੀ ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਤੋਂ ਵਿਹੂਣੇ ਨੇ ਜਿਨ੍ਹਾਂ ਅੰਦਰ ਪਰਮੇਸ਼ਰ ਦੀ ਪ੍ਰੀਤ ਨਹੀਂ ਹੈ ਹੇ ਭਾਈ ਉਹ ਨਿਤ ਚੁਰ ਚੁਰ ਕੇ ਮਰਦੇ ਹਨ ਹਾਂਜੀ ਅੰਚਲ ਲਾਏ ਤਰਾਇਆ ਪਾਈ ਭੌਜਲ ਦੁੱਖ ਸੰਸਾਰ ਕਹਿੰਦੇ ਜਿਹੜਾ ਭੌਜਲ ਹੈ ਨਾ ਇਹ ਦੁੱਖਾਂ ਦਾ ਸੰਸਾਰ ਹੈ ਇਹ ਭੌਜਲ ਦੁੱਖਮਈ ਹੈ ਇਹ ਸੰਸਾਰ ਵਿੱਚ ਦੁੱਖ ਨੇ ਹੈ ਹੀ ਦੁੱਖਮਈ ਜਦੋਂ ਵਿਰਾਗ ਦੀ ਉਤਪਤੀ ਹੋਵੇ ਉਹ ਇਸੇ ਤਰੀਕੇ ਨਾਲ ਹੋ ਸਕਦੀ ਹੈ ਵਿਰਾਗ ਤੋਂ ਅੱਗੇ ਜਦੋਂ ਕੋਈ ਵਿਵੇਕ ਤੱਕ ਪਹੁੰਚ ਜਾਂਦਾ ਹੈ ਗਿਆਨ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ ਉੱਥੇ ਫਿਰ ਉਹਨੂੰ ਇਹ ਸੰਸਾਰ ਪਰਮੇਸ਼ਰ ਰੂਪ ਦੇਖਣ ਲੱਗ ਪੈਂਦਾ ਪਰ ਵਿਰਾਗ ਉਪਜਾਵੇ ਉਹਦੇ ਲਈ ਜਾਣਨਾ ਪੈਂਦਾ ਹੈ ਕਿ ਸੰਸਾਰ ਦੁੱਖ ਰੂਪ ਹੈ ਜੋ ਇਹਦੇ ਵਿੱਚ ਚੇਤਨ ਰੂਪ ਹੋ ਕੇ ਵਿਆਪਕ ਹੈ ਉਹ ਸੁਖਮਈ ਹੈ ਬਾਕੀ ਇਹ ਦੁੱਖ ਰੂਪਈ ਹੈ ਦੁੱਖ ਰੂਪ ਇਸ ਪੌਜਲ ਨੂੰ ਜਿਹੜਾ ਦੁੱਖਾਂ ਦਾ ਸੰਸਾਰ ਹੈ ਏ ਭਾਈ ਮੇਰੇ ਸਹਬ ਨੇ ਸਾਨੂੰ ਆਪਣਾ ਪੱਲਾ ਦੇ ਕੇ ਤਾਰ ਦਿੱਤਾ ਤਰਾ ਲਿਆ ਅੰਚਲ ਲਾਏ ਤਰਾਇਆ ਭਾਈ ਅੰਚਲ ਪੱਲਾ ਆਸਰਾ ਸਾਨੂੰ ਸਹਬ ਜੀ ਨੇ ਆਪਣਾ ਆਸਰਾ ਦੇ ਕੇ ਇਹ ਸੰਸਾਰ ਤੋਂ ਤਾਰ ਲਿਆ ਇਸ ਭਵਜਲ ਤੋਂ ਸਾਨੂੰ ਤਾਰ ਲਿਆ ਹੈ ਕਰ ਕਿਰਪਾ ਨਦਰ ਨਿਹਾਲਿਆ ਭਾਈ ਕਿਤੋਂ ਅੰਗ ਅਪਾਰ ਏ ਭਾਈ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਤੇ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਨਿਹਾਲ ਕਰ ਦਿੱਤਾ ਔਰ ਸਾਡਾ ਅੰਗ ਕੀਤਾ ਅੰਗ ਦਾ ਮਤਲਬ ਪੱਖ ਕੀਤਾ ਵੀ ਇਹ ਮੇਰੇ ਨੇ ਬਈ ਆ ਧਰਮਰਾਏ ਆ ਮੇਰੇ ਨੇ ਇਹ ਪਖ ਇਹ ਅੰਗ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਕੀਤਾ ਉਹਦੇ ਹੋ ਜਾਈਏ ਉਹਦੀ ਪਨਾਹ ਵਿੱਚ ਪੈ ਜਾਈਏ ਫਿਰ ਉਹ ਨਿਹਾਲ ਕਰਦਾ ਔਰ ਇਸ ਜੀਪ ਦਾ ਪਖ ਕਰਦਾ ਵੀ ਇਹ ਮੇਰਾ ਹੈ ਹਾਂਜੀ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਜਦੋਂ ਨੇ ਸਾਡਾ ਪਖ ਕੀਤਾ ਤੇ ਸਾਡਾ ਮਨ ਤੇ ਤਨ ਦੋਵੇਂ ਸ਼ੀਤਲ ਹੋ ਗਏ ਏ ਭਾਈ ਵਾਹਿਗੁਰੂ ਨੇ ਆਪਣੇ ਨਾਮ ਦਾ ਭੋਜਨ ਦੇ ਕੇ ਸਾਨੂੰ ਆਧਾਰ ਦਿੱਤਾ ਆਸਰਾ ਦਿੱਤਾ ਨਾਮ ਦਾ ਭੋਜਨ ਦੇ ਕੇ ਆਧਾਰ ਦੇ ਦਿੰਦਾ ਜਿਸ ਨਾਲ ਮਨ ਤੇ ਤਨ ਦੋਵੇਂ ਹੀ ਸ਼ੀਤਲ ਹੋ ਗਏ ਨੇ ਇਹਦੇ ਵਿੱਚੋਂ ਤ੍ਰਿਸ਼ਨਾ ਤੇ ਵਿਕਾਰਾਂ ਦੀ ਅੱਗ ਬੁਝ ਗਈ ਹੈ ਨਾਨਕ ਤਿਸ ਸ਼ਰਣਾਗਤੀ ਭਾਈ ਜੇ ਕਿਲ ਵਿਖ ਕਾਟਣ ਹਾਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਤਿਸ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਣ ਵਿੱਚ ਹਾਂ हे ਭਾਈ ਜਿਹੜਾ ਸਾਡੇ ਸਾਰੇ ਕਿਲ ਵਿਖਾਂ ਨੂੰ ਆਪਾਂ ਨੂੰ ਕੱਟਣ ਵਾਲਾ ਹੈ ਮੈਂ ਤਿਸ ਦੀ ਸ਼ਰਣ ਵਿੱਚ ਹਾਂ ਤਿਸ ਦੀ ਪਨਾਹ ਵਿੱਚ ਹਾਂ ਤੇਮਰੀ ਸ਼ਰਣ ਤੁਮਾਰੀ ਆਸਾ ਤੇਮਰੀ ਸ਼ਰਣ ਤੁਮਾਰੀ ਆਸਾ ਪਰੇਸ਼ਰਣ ਤੁਮਾਰੀ ਆਸਾ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੋਹੇਲੇ ਤੁਮਹੀ ਸਜਨ ਸੋਹੇਲੇ ਤੁਮਹੀ ਸਜਨ ਸੁਹੇਲੇ ਤੁਮਹੀ ਸਜਨ ਸੁਹੇਲੇ ਤੁਮਹੀ ਸਜਨ ਸੁਹੇਲੇ ਤੁਮਹੀ ਸਜਨ ਸੁਹੇਲੇ ਵਾਹਿ ਗੁਰੂ ਵਾਹਿ ਗੁਰੂ ਓ ਵਾਹਿ ਗੁਰੂ ਵਾਹਿ